ਗੱਡੀ ਇੱਧਰ ਤੇ ਚੰਡੀਗੜ੍ਹ ਵੱਲ ਤੇ ਆਇਆ ਕਰਦੀ ਸੀ ਉਹਦੇ ਮੋਰੇ ਕੋਈ ਜਾਨਵਰ ਆ ਗਿਆ ਉਹਨਾਂ ਆਪਣਾ ਬਚਾਅ ਕਰਨ ਦੇ ਚੱਕਰ ਵਿੱਚ ਗੱਡੀ ਥੱਲੇ ਲਾਈ ਗੱਡੀ ਤਾਂ ਬਿਲਕੁਲ ਡੈਮੇਜ ਹੈ ਕਿ ਬੰਦੇ ਦਾ ਬਚਾਅ ਹੈ ਹੁਣ ਦੇਖੀ ਮੁੱਢੀ ਸਹਿਤ ਹੈ ਕਿ ਦੋ श्री आनंदपुर साहब तो नंगल मुख मार्ग उत्ते पिंड मांगियाल दे लागे एक सड़क हादसे दे विच आवारा पशु नूं बचाउण दे चलदे होए एक स्विफ्ट गड्डी सड़क दे किनारे बने होए बिजली दे खंभे दे विच जा टकराई। सड़क हादसा इन्ना भयंकर सी कि खंभे दे विच गड्डी बजे नाल जिथे गड्डी पूरी तरह टुट गई उत्थे ही खंभा भी पूरी तरह टुट के सड़क दे विच तारा सहित गिर गया। पर राहत दी गल इस हादसे दे विच इह रही कि कार चालक नूं चोटां घट लगियां हन ते जिस नूं जेरे इलाज सिविल हस्पताल श्री आनंदपुर साहब विखे भेजिया गया है। मिली जानकारी दे मुताबक कार चालक चंडीगढ़ तो धर्मशाला वल जा रहा सी ते श्री आनंदपुर साहब दे करीबी पिंड मांगियाल दे कोल सड़क उत्ते जानवर नूं बचाण दे चलदे होए कार असंतुलित हो के खंभे दे नाल जा टकराई। फिलहाल पुलिस मौके ते पहुंच गई है ते बिजली विभाग दे कामियां नूं बुला के सड़क नूं क्लियर करवाया जा रहा है। श्री आनंदपुर साहब तो पंजाब टीवी प्राइम दे लई राजवीर सिंह दे नाल राकेश राणा दी रिपोर्ट। लाडी ਇਹ ਜਿਹੜੀ ਹਾਦਸਾ ਹੋਇਆ ਕਿੱਦਾਂ ਹੋਇਆ ਕਿ ਕਿਹੜੀ ਜਗ੍ਹਾ ਹੈ? ਇਹ ਭਾਜੀ ਪਿੰਡ ਮਾਂਗੇਵਾਲਾ ਜੀ। ਗੱਡੀ ਇੱਧਰ ਤੇ ਚੰਡੀਗੜ੍ਹ ਵੱਲ ਤੇ ਆਇਆ ਕਰਦੀ ਸੀ ਉਹਦੇ ਮੋਹਰੇ ਕੋਈ ਜਾਨਵਰ ਆ ਗਿਆ ਉਹਨਾਂ ਆਪਣਾ ਬਚਾਅ ਕਰਨ ਦੇ ਚੱਕਰ 'ਚ ਗੱਡੀ ਥੱਲੇ ਲਾਈ ਜੀ ਉਹਦੇ ਨਾਲ ਜਾ ਕੇ ਗੱਡੀ ਖੰਭੇ ਨਾਲ ਵੱਜੀ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਤਾਂ ਦੇਖ ਲਓ ਜੀ ਹੁਣ ਖੰਭਾ ਟੁੱਟ ਗਿਆ ਗੱਡੀ ਦਾ ਨੁਕਸਾਨ ਹੋ ਗਿਆ ਹੁਣ ਤੱਕ ਦੇਖ ਲਓ ਇੱਥੇ ਪ੍ਰਸ਼ਾਸਨ ਕੋਈ ਨਹੀਂ ਆਇਆ ਕਰਦਾ ਖੜੇ ਜਾਂਦੇ ਅਸੀਂ। ਅਤੇ ਜੇ ਗੱਡੀ 'ਚ ਕੌਣ ਕੌਣ ਸਵਾਰ ਸੀਗੇ ਜੀ? ਗੱਡੀ 'ਚ ਇੱਕੇ ਬੰਦਾ ਤਾਂ ਜੀ। ਉਹ ਬੰਦਾ ਠੀਕ ਹੈ ਜੀ? ਬੰਦਾ ਹਾਂਜੀ ਸਰਕਾਰੀ ਹਸਪੀਟਲ ਰੈਫਰ ਹੋ ਗਿਆ ਜੀ। ਇਹ ਮੰਗਿਆਲ ਪਿੰਡ ਦੇ ਨੇੜੇ ਹੈਗਾ। ਇੱਕ ਮੁੰਡਾ ਆ ਰਿਹਾ ਸੀ ਚੰਡੀਗੜ੍ਹ ਤੋਂ ਜਾਣਾ ਸੀ ਨਾ ਧਰਮਸ਼ਾਲਾ ਅਚਾਨਕ ਅੱਗੇ ਡੰਗਰ ਆ ਗਿਆ ਬੇਕਾਬੂ ਗੱਡੀ ਖੰਭੇ ਦੇ ਵਿੱਚ ਵੱਜ ਗਈ। ਕਿੰਨਾ ਕੁ ਨੁਕਸਾਨ ਹੋਇਆ? ਗੱਡੀ ਤਾਂ ਬਿਲਕੁਲ ਡੈਮੇਜ ਹੈ ਕਿ ਬੰਦੇ ਦਾ ਬਚਾਏ ਹੁਣ ਦੇਤੀ ਮੁੱਢੀ ਸਹਿਤ ਜੀ ਦੇਤੀ ਥੋੜ੍ਹੀ ਜਿਹੀ ਅਤੇ ਬਾਕੀ ਦੇਖਦੇ ਹਾਂ ਹੁਣ ਬਿਜਲੀ ਵਾਲੇ ਬੁਲਾਏ ਆ ਪੈਰ ਲੈਣ ਡਿੱਗੀ ਸੀਗੀ ਰੋਡ ਦੇ ਵਿੱਚ ਅਤੇ ਬਾਕੀ ਰੋਡ ਕਲੀਅਰ ਕਰਾ ਕੇ ਫਿਰ ਦੇਖਦੇ ਕੀ ਕਰਵਾਈ ਚੁੱਕਦੇ। ਕਿੰਨੇ ਕੁ ਵਜੇ ਦੀ ਘਟਨਾ ਹੈ ਜੀ? ਇਹ ਕੋਈ 7:30 ਵਜੇ ਦੀ ਹੈ ਸਰ। ਠੀਕ ਚਾਲਕ ਠੀਕ ਹੈ ਜੀ? ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ। ਥੋੜ੍ਹੀ ਮਾੜੀ ਮੋਟੀ ਸੱਟ ਸੀਗੀ ਉਹਨੂੰ ਦੇਤੀ ਦਵਾਈ ਦਵਾਈ ਜਵਾਬ।